पिछले कुछ दिनों तो एक हमले दौरान जख्मी हुए व्यक्ति जो कि जलंधर दे एक निजी हस्पताल विच इलाज करवा रहा है दी तहकीकात करदियां जलंधर पुलिस नूं वड्डी सफलता हासिल हुई। तहकीकात दौरान पता लग्या कि सूरज नामी व्यक्ति अपने साथी अभिनव नाल रल के इंदौर तो नजायज हथियार लेके आउंदा सी। इस कड़ी नूं सुलझाउंदिया होया पुलिस ने 7 मुलजमां नूं वड्डी गिनती विच हथियारां समेत काबू कीता है। इस मौके ते SSP भुल्लर ने बोलदियां दस्या के 9 सितंबर नूं बस्ती बाबा खेल थाने च इतला आई सी कि फायर एमजरी नाल कोई व्यक्ति इंजर्ड है ग्लोबल हॉस्पिटल दे विच। उहदी वेरीफिकेशन दे विच पुलिस ने जदों अगे इन्वेस्टिगेशन कीती तां इह गल जिहड़ा इंजर्ड व्यक्ति सी उहदा नाम अभिनव मिश्रा जो कि पीलीभीत UP दा रहण वाला है ते इस संबंध विच मुकदमा जिहड़ा बस्ती बाबा खेल थाने दर्ज किया गया 307 ते 25 आर्म्स एक्ट वगैरह नजायज हथियार उहदे यूज होया सीगा। उस संबंध दे विच सारी इन्वेस्टिगेशन असीं CIA स्टाफ जलंधर कमिश्नरेट नूं दित्ती। उन्होंने बड़ी बरीकी नाल दी इन्वेस्टिगेशन करदे हुए सूरज जिहड़ा मेन एक व्यक्ति सी उहनूं गिरफ्तार किया ते सूरज ने यह गल मनी कि क्योंकि अभिनव मिश्रा उहदे घर जाके रहिंदा सी उहनूं डाउट सीगा ਇਹ ਇਹ ਸ਼ਾਇਦ ਉਹਦੇ ਜਿਹੜੇ ਲੇਡੀਜ਼ ਨੇ ਘਰ ਦੀਆਂ ਉਹਨਾਂ 'ਤੇ ਮਾੜੀ ਅੱਖ ਰੱਖਦਾ ਨਿਗਾਹ ਰੱਖਦਾ ਉਸ ਵੰਚ ਉਹਨੇ ਉਹਨੂੰ ਮਾਰ ਦੇਣ ਦੀ ਨੀਤ ਨਾਲ ਗੋਲੀ ਉੱਤੇ ਚਲਾਈ। ਮੁੱਢਲੀ ਪੁੱਛਗਿੱਛ ਤੋਂ ਇਹ ਵੀ ਗੱਲ ਪਤਾ ਲੱਗੀ ਕਿ ਜਿਹੜੇ ਕ੍ਰਿਮੀਨਲ ਬੰਦਾ ਹੈ ਸੂਰਜ ਅਤੇ ਅਭਿਨਵ ਦੋਨੋਂ ਰਲ ਕੇ ਇੰਦੌਰ ਮੱਧ ਪ੍ਰਦੇਸ਼ ਤੋਂ ਨਜਾਇਜ਼ ਹਥਿਆਰ ਲੈ ਕੇ ਆਉਂਦੇ। ਸੋ ਇੱਕ ਬਹੁਤ ਵੱਡੀ ਸਫਲਤਾ ਸਾਡੇ ਕਮਿਸ਼ਨਰੇਟ ਪੁਲਿਸ ਨੂੰ ਮਿਲੀ ਹੈ ਕ੍ਰਿਮੀਨਲ ਦੇ ਅਗੇਂਸਟ ਜਿਹੜਾ ਸਾਡੀ ਕੈਂਪੇਨ ਚੱਲ ਰਹੀ ਹੈ ਉਹਦੇ 'ਚ 12 32 ਬੋਰ ਦੇ ਪਿਸਟਲ ਅਤੇ ਕਾਰਤੂਸ ਅਸੀਂ ਬਰਾਮਦ ਕੀਤੇ ਆ ਅਤੇ 7 ਮੁਲਜ਼ਮ ਗ੍ਰਿਫਤਾਰ ਕੀਤੇ ਆ। ਔਰ ਐਡਾ ਵੱਡਾ ਜਿਹੜਾ ਇਹ ਸਾਰਾ ਆਰਮਸ ਦੀ ਕੰਸਾਈਨਮੈਂਟ ਇਹ ਮੱਧ ਪ੍ਰਦੇਸ਼ ਤੋਂ ਆ ਰਹੀ ਸੀਗੀ ਉਹਦੀ ਪੁੱਛਗਿੱਛ ਦੇ ਵਿੱਚ ਸੂਰਜ ਤੋਂ ਬਾਅਦ ਅਸੀਂ ਟੋਟਲ ਜਿਹੜੇ ਬਾਕੀ ਬੰਦੇ 'ਤੇ ਜਿਹੜੀ ਬਰਾਮਦਗੀ ਕੀਤੀ ਹੈ ਉਹ ਡਿਫਰੈਂਟ ਡਿਸਟ੍ਰਿਕਟਸ 'ਚੋਂ ਪੰਜਾਬ ਅਤੇ ਹਰਿਆਣੇ ਤੋਂ ਹੋਈ ਹੈ। ਝੱਜਰ ਹਰਿਆਣਾ ਤੋਂ ਕੁਛ ਸਾਨੂੰ ਪਿਸਟਲਸ ਮਿਲੇ ਹੈ ਅੰਮ੍ਰਿਤਸਰ ਸਿਟੀ ਤੋਂ ਬਰਾਮਦਗੀਆਂ ਹੋਈਆਂ ਵੈਪਨਸ ਦੀਆਂ। ਇਸ ਤੋਂ ਇਲਾਵਾ ਬਟਾਲਾ ਫਤਿਹਗੜ੍ਹ ਸਾਹਿਬ ਔਰ ਇੱਕ ਪਠਾਨਕੋਟ ਤੋਂ ਇਹਨਾਂ ਡਿਸਟ੍ਰਿਕਟਸ ਤੋਂ ਅਸੀਂ ਜਾ ਕੇ ਜਗ੍ਹਾ ਤੋਂ ਸਾਰੀਆਂ ਜਿਹੜੀਆਂ ਇਹ ਬਰਾਮਦਗੀਆਂ ਕੀਤੀਆਂ ਔਰ ਇਹਦੇ 'ਚ ਜਿਹੜੀ CIA ਟੀਮ ਨੇ ਹਰਮਿੰਦਰ ਸਿੰਘ ਜਿਹੜੇ ਇੰਚਾਰਜ CIA ਨੇ ਉਹਨਾਂ ਨੇ ਬਹੁਤ ਅੱਛਾ ਉਹਨਾਂ ਦੀ ਟੀਮ ਨੇ ਸ਼ਲਾਘਾਯੋਗ ਕੰਮ ਕੀਤਾ ਕਿਉਂਕਿ ਬੈਕਵਰਡ ਫਾਰਵਰਡ ਲਿੰਕੇਜਿਸ ਜਿਹੜੇ ਵੈਪਨ ਦੇ ਵਿੱਚ ਔਰ ਇੰਨੀ ਵੱਡੀ ਰਿਕਵਰੀ ਜਿਵੇਂ 12 ਵੈਪਨ ਅਲੱਗ ਅਲੱਗ ਕ੍ਰਿਮੀਨਲਸ ਕੋਲ ਅਲੱਗ ਅਲੱਗ ਏਰੀਏ ਦੇ ਵਿੱਚ ਸੀਗੇ ਔਰ ਇਹਦੇ 'ਚ ਜਿਹੜੇ ਬਾਕੀ ਵੀ ਸਾਰੇ ਕੁਛ ਤਾਂ ਨਵੇਂ ਹੈਗੇ ਕ੍ਰਿਮੀਨਲਸ ਕ੍ਰਿਮੀਨਲ ਬੈਕਗਰਾਊਂਡ ਵਾਲੇ ਵੀ 2 ਵਿਅਕਤੀ ਨੇ ਜਿਨ੍ਹਾਂ ਦਾ ਕਾਫੀ ਕ੍ਰਿਮੀਨਲ ਬੈਕਗਰਾਊਂਡ ਹੈ ਜਿਵੇਂ ਸੂਰਜ ਹੈ ਇਹਦੇ ਖਿਲਾਫ਼ ਵੀ ਪਹਿਲਾਂ 2 ਪਰਚੇ ਦਰਜ ਨੇ ਆਰਮਜ਼ ਐਕਟ ਵੀ ਲੱਗਿਆ ਅਤੇ ਲੜਾਈ ਝਗੜੇ ਦੇ ਵੀ ਹੈ ਲੁੱਟਾਂ ਖੋਹਾਂ ਦੇ ਵੀ ਹੈ। ਇਸੇ ਤਰ੍ਹਾਂ ਵਿਜੇ ਕੁਮਾਰ ਇੱਕ ਹੈ ਜਿਹੜਾ ਜਿਹਨੂੰ ਅਸੀਂ ਕਪੂਰਥਲਾ ਜੇਲ੍ਹ ਤੋਂ ਪ੍ਰੋਡਕਸ਼ਨ ਵੰਡ 'ਤੇ ਲੈ ਕੇ ਆਏ ਹਾਂ ਉਹਦੀ ਨਿਸ਼ਾਨਦੇਹੀ ਦੇ ਉੱਤੇ ਵੀ ਬਰਾਮਦਗੀ ਹੋਈ ਹੈ ਵੈਪਨ ਦੀ ਉਹਦੇ ਖਿਲਾਫ਼ 8 ਮੁਕੱਦਮੇ ਦਰਜ ਨੇ ਅਲੱਗ ਅਲੱਗ ਡਿਸਟ੍ਰਿਕਟ ਜਲੰਧਰ ਰੂਰਲ ਦੇ ਵਿੱਚ ਔਰ ਇਸ ਤੋਂ ਇਲਾਵਾ ਕਪੂਰਥਲਾ ਔਰ ਹੁਣ ਵੀ ਉਹ ਬੰਦਾ ਜੇਲ੍ਹ 'ਚ ਜਿਹੜਾ ਉਹ ਬੰਦ ਹੈ। ਕੇਸ਼ਵ ਖੇੜਾ ਨਾਮ ਦਾ ਇੱਕ ਕ੍ਰਿਮੀਨਲ ਹੈ ਉਹਦੇ ਖਿਲਾਫ਼ 2 ਮੁਕੱਦਮੇ ਦਰਜ ਨੇ ਉਹ ਅੰਮ੍ਰਿਤਸਰ ਦੇ ਵਿੱਚ ਅਤੇ ਇੱਕ ਉਹਦਾ ਮੋਹਾਲੀ ਦੇ ਵਿੱਚ ਵੀ ਉਹਦੇ ਖਿਲਾਫ਼ ਪਰਚਾ ਦਰਜ ਹੈ ਆਰਮਜ਼ ਐਕਟ ਔਰ NDPS ਐਕਟ ਦੇ। ਇਸੇ ਤਰ੍ਹਾਂ ਜੋਬਨਜੀਤ ਏਲੀਅਸ ਬਿੱਲਾ ਇਹ ਬਟਾਲੇ ਦਾ ਹੈ ਇਹ ਵੀ ਅਸੀਂ ਗੁਰਦਾਸਪੁਰ ਜੇਲ੍ਹ ਤੋਂ ਪ੍ਰੋਡਕਸ਼ਨ ਫਰੰਟ 'ਤੇ ਲੈ ਕੇ ਆਉਂਦਾ ਇਹਦੇ ਖਿਲਾਫ਼ ਵੀ 2 ਮੁਕੱਦਮੇ NDPS ਅਤੇ ਆਰਮਜ਼ ਐਕਟ ਦੇ ਦਰਜ ਨੇ। ਸੋ ਇਹਦੇ ਨਾਲ ਸਾਰਾ ਜਿਹੜਾ ਨੈਕਸਸ ਕ੍ਰਿਮੀਨਲਸ ਦਾ ਔਰ ਆਰਮ ਸਪਲਾਈ ਜਿਹੜੀ ਪੰਜਾਬ ਦੇ ਵਿੱਚ ਉਹ ਬੜੀ ਵੱਡੀ ਕਾਮਯਾਬੀ ਇਹਨੂੰ ਮੈਂ ਕਹੂੰਗਾ ਔਰ ਜਿਹੜੇ ਬਾਕੀ ਇਹਦੇ ਲਿੰਕੇਜਿਸ ਨੇ ਜਿਹੜਾ ਅਸੀਂ ਵੈਪਨ ਸਪਲਾਇਰ ਦੀ ਉਹਦੇ ਵਾਸਤੇ ਅਸੀਂ ਸਪੈਸ਼ਲ ਟੀਮਸ ਆਪਣੀਆਂ ਲਾਈਆਂ ਉਹ ਵੀ ਜਲਦੀ ਤੋਂ ਜਲਦੀ ਅਸੀਂ ਸਾਰਾ ਬ੍ਰੇਕ ਕਰਾਂਗੇ ਮੱਧ ਪ੍ਰਦੇਸ਼ ਤੋਂ ਔਰ ਇਹਦੇ 'ਚ ਹੋਰ ਵੀ ਬਰਾਮਦਗੀਆਂ ਅਤੇ ਗ੍ਰਿਫਤਾਰੀਆਂ ਜਿਹੜੀਆਂ ਉਹਨਾਂ ਦੀ ਉਮੀਦ ਆ ਆਉਣ ਵਾਲੇ ਟਾਈਮ 'ਚ ਸਾਰੀ ਇਹ ਪਾਰਟੀ ਨੂੰ ਯੋਗ ਇਨਾਮ ਦਿੱਤਾ ਜਾਏਗਾ ਔਰ DG ਸਾਹਿਬ ਦੀ ਡਿਸਕ ਵਾਸਤੇ ਵੀ ਇਹਨਾਂ ਬਾਰੇ ਦੇ ਨਾਮ ਜਿਹੜੇ ਉਹ ਲਿਖ ਕੇ ਭੇਜੇ ਜਾਣਗੇ।